ਹੈਲੋ ਸਟੂਡੈਂਟਸ ਵੈਲਕਮ ਟੂ ਆਮ ਆਦਮੀ ਬ੍ਰੇਨ YouTube ਚੈਨਲ ਇਸ ਚੈਨਲ ਤੇ ਤੁਹਾਨੂੰ ਮੈਥ ਸਾਇੰਸ ਜੀਕੇ ਰੀਜਨਿੰਗ ਜਨਰਲ ਸਟਡੀ ਅਤੇ ਈਟੀਟੀ ਦੀਆਂ 1664 ਪੋਸਟਾਂ ਦਾ ਸਿਲੇਬਸ ਹੈ ਜਿਹੜਾ ਉਹ ਕਰਵਾਇਆ ਜਾ ਰਿਹਾ ਸਟੂਡੈਂਟ ਜਿਹੜੇ ਅੱਜ ਦੀ ਸਾਡੀ ਵੀਡੀਓ ਹੈ ਉਸ ਦਾ ਟੌਪਿਕ ਹੈ ਵਾਈ ਡੂ ਵੀ ਫਾਲ ਇਲ ਸਾਇੰਸ ਦਾ ਜਿਹੜਾ ਟੌਪਿਕ ਹੈ ਵਾਈ ਡੂ ਵੀ ਫਾਲ ਇਲ ਅਸੀਂ ਬਿਮਾਰ ਕਿਉਂ ਹੁੰਨੇ ਆ ਇਸ ਟੌਪਿਕ ਦੇ ਸਟੂਡੈਂਟਸ ਤੁਹਾਨੂੰ ਮੈਂ 30 MCQ ਕਰਵਾ ਰਹੇ ਹਾਂ ਤੁਸੀਂ ਕੀ ਕਰਨਾ ਸਟੂਡੈਂਟਸ ਇੰਨਾ ਇੰਪੋਰਟੈਂਟ MCQਸ ਨੂੰ ਧਿਆਨ ਦੇ ਨਾਲ ਸੁੰਣਾ ਹਰ ਕੁਐਸਚਨ ਦੀ ਫੁੱਲੀ ਐਕਸਪਲੇਨੇਸ਼ਨ ਦਿੱਤੀ ਜਾਵੇਗੀ ਤੇ ਮੈਂ ਡੈਡ ਸ਼ੋਰ ਹਾਂ ਕਿ ਬੱਚੇ ਤੁਹਾਨੂੰ ਇਹਨਾਂ ਦੇ ਵਿੱਚੋਂ ਇਗਜ਼ਾਮ ਦੇ ਵਿੱਚ ਦੋ ਕੁਐਸਚਨ 100% ਦੇਖਣ ਨੂੰ ਮਿਲਣਗੇ ਸੋ ਤੁਸੀਂ ਹਰੇਕ ਡਿਟੇਲ ਨੂੰ ਕੁਐਸਚਨ ਦੀ ਜਿੰਨੀ ਵੀ ਮੈਂ ਡਿਟੇਲ ਦੇ ਰਿਹਾ ਉਸ ਨੂੰ ਧਿਆਨ ਨਾਲ ਸੁੰਣਾ ਤੁਹਾਡੇ ਲਈ ਇਹ ਹੈਲਪਫੁਲ ਹੋਏਗਾ ਸਟੂਡੈਂਟਸ ਅਡਾ ਪਹਿਲਾ ਕੁਐਸਚਨ ਹੈ ਉਹ ਬਿਮਾਰੀਆਂ ਜੋ ਰੋਗੀ ਵਿਅਕਤੀ ਤੋਂ ਸਵਸਥ ਵਿਅਕਤੀ ਤੱਕ ਹਵਾ ਪਾਣੀ ਭੋਜਨ ਸਰੀਰਕ ਸੰਪਰਕ ਅਤੇ ਰੋਗਵਾਹ ਕੀਟਾ ਦੁਆਰਾ ਪਹੁੰਚਦੀ ਹਨ ਕਹਾਉਂਦੀਆਂ ਦੇਖੋ ਬੱਚਿਓ ਬਿਮਾਰੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਇੱਕ ਹੁੰਦੇ ਨੇ ਸ਼ੁੱਧੇ ਰੋਗ ਜਿਨ੍ਹਾਂ ਨੂੰ ਅਸੀਂ ਕਮਿਊਨੀਕੇਬਲ ਡਿਜ਼ੀਜ਼ ਕਹਿੰਦੇ ਆ ਜਾਂ ਲਾਗਦੇ ਰੋਗ ਕਹਿੰਦੇ ਆ ਤੇ ਦੂਜੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਹੁੰਦੀਆਂ ਨੇ ਅਸ਼ੁੱਧੇ ਰੋਗ ਜਿਨ੍ਹਾਂ ਨੂੰ ਅਸੀਂ ਬਿਨਾਂ ਲਾਗਦੇ ਰੋਗ ਜਾਂ ਨੋਨ ਕਮਿਊਨੀਕੇਬਲ ਡਿਜ਼ੀਜ਼ ਕਹਿੰਦੇ ਆ ਤਾਂ ਬੱਚਿਓ ਲਾਗਦੇ ਰੋਗ ਕਿਹੜੇ ਨੇ टाइफाइड हैजा जुकाम चिकन पॉक्स टीबी मलेरिया ਤੇ ਸਟੂਡੈਂਟਸ ਜਿਹੜੇ ਨੋਨ ਕਮਿਊਨੀਕੇਬਲ ਡਿਸੀਜ਼ ਨੇ ਉਹ ਹੈਗੇ ਜਿਵੇਂ 슈ਗਰ ਜੋੜਾਂ ਦਾ ਦਰਦ ਕੈਂਸਰ ਦਿਲ ਦੀਆਂ ਬਿਮਾਰੀਆਂ ਕਪੋਸ਼ਨ ਕੁਵਸਕੀ ਔਰਕਰ ਜਾਂ ਮੈਰਾਸਮਸ ਇਹੇ ਹੁੰਦੇ ਨੇ ਨੋਨ ਕਮਿਊਨੀਕੇਬਲ ਡਿਸੀਜ਼ ਬਿਨਾ ਲਾਗਦੇ ਰੋਗ ਤੇ ਸਟੂਡੈਂਟਸ ਕੁਐਸਚਨ ਪੁੱਛਿਆ ਗਿਆ ਕਿ ਹਵਾ ਪਾਣੀ ਭੋਜਨ ਨਾਲ ਫੈਲਣ ਵਾਲੇ ਰੋਗ ਦੇਖੋ ਜਿਹੜੇ ਲਾਗਦੇ ਰੋਗ ਹੁੰਦੇ ਨੇਗੇ ਸ਼ੂਦੇ ਰੋਗ ਹੁੰਦੇ ਨੇਗੇ ਕਮਿਊਨਲ ਡਿਸੀਜ਼ ਹੁੰਦੇ ਨੇ ਉਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਹਵਾ ਪਾਣੀ ਭੋਜਨ ਦੇ ਰਾਹੀਂ ਫੈਲਦੇ ਨੇ ਤਾਂ ਕਰਕੇ ਸਟੂਡੈਂਟ ਜੋ ਇਸ ਦਾ ਅਨਸਰ ਆਏਗਾ ਉਹ ਆਏਗਾ A ਫਰਸਟ ਆਪਸ਼ਨ ਸ਼ੂਤ ਦੇ ਰੋਗ ਸੋ ਹਵਾ ਪਾਣੀ ਭੋਜਨ ਦੇ ਨਾਲ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਜਿਹੜੇ ਰੋਗ ਹੋ ਜਾਂਦੇ ਨੇ ਉਹਨਾਂ ਨੂੰ ਅਸੀਂ ਸ਼ੂਤ ਦੇ ਰੋਗ ਕਹਿੰਦੇ ਆ। ਕਿਰੀ ਸਟੂਡੈਂਟ ਆਓ ਚੱਲਦੇ ਆਂ ਦੂਜੇ ਕੁਐਸਚਨ ਤੇ ਸਾਡਾ ਜਿਹੜਾ ਦੂਸਰਾ ਕੁਐਸਚਨ ਹੈ ਮਲੇਰੀਆ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਵਿਗਿਆਨੀ ਨੇ ਕੀਤੀ ਸਟੂਡੈਂਟਸ ਜਿਹੜਾ ਮਲੇਰੀਆ ਸ਼ਬਦ ਹੈ ਇਸ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਵਿਗਿਆਨੀ ਨੇ ਕੀਤੀ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਮਲੇਰੀਆ ਬਾਰੇ ਜਾਣਕਾਰੀ ਲੈਣੀ ਪੈਗੀ ਕਿ ਮਲੇਰੀਆ ਰੋਗ ਹੈ ਕਿ ਸਟੂਡੈਂਟਸ ਜਿਹੜਾ ਮਲੇਰੀਆ ਹੈ ਇਹ ਪ੍ਰੋਟੋਜ਼ੋਆ ਦੁਆਰਾ ਹੁੰਦਾ ਹੈ ਯਾਦ ਰੱਖਣਾ ਕਿ ਜਿਹੜਾ ਮਲੇਰੀਆ ਹੈ ਇਹ ਪ੍ਰੋਟੋਜ਼ੋਆ ਦੁਆਰਾ ਹੁੰਦਾ ਹੈ ਤੇ ਇਸ ਦੀ ਪ੍ਰਜਾਤੀ ਦਾ ਨਾਂ ਪਲਾਜ਼ਮੋਡੀਅਮ ਹੈ ਇਸ ਦੀ ਜੋ ਪ੍ਰਜਾਤੀ ਹੈ ਉਸ ਦਾ ਨਾਮ ਪਲਾਜ਼ਮੋਡੀਮ ਹੈ ਇਸ ਨੂੰ ਤੁਸੀਂ ਯਾਦ ਰੱਖਣਾ ਕਿ ਇਸ ਦੀ ਪ੍ਰਜਾਤੀ ਦਾ ਨਾਮ ਪਲਾਜ਼ਮੋਡੀਮ ਹੈ ਤੇ ਇਹ ਮਾਦਾ ਐਨਫਲੀਜ਼ ਮੱਛਰ ਦੇ ਕੱਟਣ ਦੇ ਨਾਲ ਹੁੰਦਾ ਹੈ ਇਹ ਜਿਹੜਾ ਮਲੇਰੀਆ ਰੋਗ ਹੈ ਇਹ ਮਾਦਾ ਐਨਫਲੀਜ਼ ਮੱਛਰ ਦੇ ਕੱਟਣ ਦੇ ਨਾਲ ਹੁੰਦਾ ਹੈ ਸੋ ਤੇ ਇੱਕ ਹੋਰ ਯਾਦ ਰੱਖਣਾ ਕਿ ਮੈਰੋਲੋਕ ਨੇ ਸਭ ਤੋਂ ਪਹਿਲਾਂ ਇਹ ਜਿਹੜਾ ਮਲੇਰੀਆ ਸ਼ਬਦ ਵਰਤਿਆ ਸੀ ਤਾਂ ਤੁਸੀਂ ਸਾਇੰਟਿਸਟ ਦਾ ਉਸ ਵਿਗਿਆਨੀ ਦਾ ਨਾਮ ਯਾਦ ਰੱਖਣਾਗਾ ਉਸ ਦਾ ਨਾਮ ਹੈ ਵਿਦਿਆਰਥੀਓ ਮੈਰੋ ਲੋਗ ਸੋ ਮੈਰੋ ਲੋਗ ਸਾਇੰਟਿਸਟ ਨੇ ਸਟੂਡੈਂਟਸ ਸਭ ਤੋਂ ਪਹਿਲਾਂ ਜਿਹੜਾ ਮਲੇਰੀਆ ਸ਼ਬਦ ਆ ਉਹ ਵਰਤਿਆ ਸੀਗਾ ਤੇ ਮਲੇਰੀਆ ਦੇ ਇਲਾਜ ਦੇ ਲਈ ਸਿਨਕੋਨਾ ਨਾਂ ਦੇ ਦਰਖਤ ਦੀ ਸ਼ਿਲਲ ਤੋਂ ਕੁਨਿਨ ਤਿਆਰ ਕੀਤੀ ਜਾਂਦੀ ਹੈ ਤੁਹਾਨੂੰ ਪਤਾ ਹੈ ਸਟੂਡੈਂਟਸ ਕਿ ਜਿਹੜਾ ਮਲੇਰੀਆ ਦਾ ਇਲਾਜ ਆ ਉਸ ਵਾਸਤੇ ਕੁਨਿਨ ਵਰਤੀ ਜਾਂਦੀ ਹੈ ਤੇ ਜਿਹੜੀ ਸਾਡੇ ਕੋਲੇ ਇਹ ਕੁਨਿਨ ਹੈ ਇਹੀ ਸਾਨੂੰ ਸਿਨਕੋਨਾ ਨਾਂ ਦੇ ਦਰਖਤ ਦੀ ਸ਼ਿਲ ਤੋਂ ਮਿਲਦੀ ਹੈ ਸਿਨਕੋਨਾ ਨਾਂ ਦੇ ਦਰਖਤ ਦੀ ਸ਼ਿਲ ਤੋਂ ਮਿਲਦੀ ਹੈ ਤਾਂ ਸਟੂਡੈਂਟ ਜਿਹੜਾ ਸਾਡੇ ਕੋਲੇ ਕੁਐਸਚਨ ਹੈ ਕਿ ਮਲੇਰੀਆ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਵਿਗਿਆਨੀ ਨੇ ਕੀਤੀ ਤਾਂ ਇਸ ਦਾ ਆਨਸਰ ਬਣੇਗਾ 3 ਮੈਕੂ ਲੋਕ ਨੇ ਕਲੀਅਰ ਸਟੂਡੈਂਟਸ ਨੈਕਸਟ ਕੁਐਸਚਨ ਹੈ ਮਲੇਰੀਆ ਨਾਲ ਪੀੜਿਤ ਵਿਅਕਤੀ ਦੇ ਖੂਨ ਵਿੱਚ ਮਲੇਰੀਆ ਪਰਜੀਵੀ ਪਲਾਜ਼ਮੋਡੀਅਮ ਦੀ ਖੋਜ ਕਿਸ ਨੇ ਕੀਤੀ ਸਟੂਡੈਂਟ ਇਸ ਦਾ ਆਨਸਰ ਆਏਗਾ ਲੈਬਰਨ ਦੇਖੋ ਲੈਬਰਨ ਅਜਿਹੇ ਸਾਇੰਟਿਸਟ ਹੋਇਆ ਜਿਸ ਨੇ ਹੀ ਦੱਸਿਆ ਕਿ ਜਿਹੜਾ ਮਲੇਰੀਆ ਤੋਂ ਗ੍ਰਸਤ ਵਿਅਕਤੀ ਉਸ ਦੇ ਖੂਨ ਦੇ ਵਿੱਚ ਪਲਾਜ਼ਮੋਡੀਮ ਹੁੰਦਾ ਹੈਗਾ ਸੋ ਸਟੂਡੈਂਟ ਤੁਸੀਂ ਇਹਨਾਂ ਗੱਲਾਂ ਨੂੰ ਜ਼ਰੂਰ ਯਾਦ ਰੱਖਣਾਗਾ ਮਲੇਰੀਆ ਦੇ ਕੇਸ ਦੇ ਵਿੱਚ ਕਿ ਮਲੇਰੀਆ ਜਿਹੜਾ ਸ਼ਬਦ ਹੈਗਾ ਇਹੀ ਮੈਕੂਲੋਕ ਨੇ ਦਿੱਤਾ ਸੀਗਾ ਇਸ ਸ਼ਬਦੀ ਵਰਤੋਂ ਮੈਕੂਲੋਕ ਨੇ ਸਭ ਤੋਂ ਪਹਿਲਾਂ ਕੀਤੀ ਤੇ ਜਿਹੜਾ ਮਲੇਰੀਆ ਉਸ ਦਾ ਕਾਰਨ ਮਦਾ ਇਨਫਲਿਸ ਮੱਛਰ ਹੈ ਤੇ ਇਹ ਪਲਾਜ਼ਮੋਡੀਅਮ ਦੇ ਨਾਲ ਹੋਣ ਵਾਲਾ ਰੋਗ ਹੈ ਜਿਹੜਾ ਪਰਜੀਵੀ ਹੈ ਜਿਹੜੀ ਪ੍ਰਜਾਤੀ ਹੈ ਉਸ ਦਾ ਨਾਂ ਪਲਾਜ਼ਮੋਡੀਅਮ ਹੈ ਤੇ ਇਹ ਮਲੇਰੀਆ ਨਾਲ ਪੀੜਤ ਵਿਅਕਤੀ ਦੇ ਖੂਨ ਵਿੱਚ ਮਲੇਰੀਆ ਪਰਜੀਵੀ ਪਲਾਜ਼ਮੋਡੀਅਮ ਦੀ ਖੋਜ ਹੈ ਜਿਹੜੀ ਉਹ ਲੈਬਰ ਨੇ ਕੀਤੀ ਤਾਂ ਤੁਹਾਡਾ ਜਿਹੜਾ ਆਪਸ਼ਨ ਬਣੇਗਾ ਉਹ ਬਣੇਗਾ 3rd ਸਟੂਡੈਂਟਸ ਸਾਡੇ ਕੋਲੇ ਜਿਹੜਾ ਚੌਥਾ ਕੁਐਸਚਨ ਹੈ ਮਲੇਰੀਆ ਕਿਸ ਸੁਖਮ ਜੀਵ ਕਾਰਨ ਹੁੰਦਾ ਹੈ ਸਟੂਡੈਂਟ ਇਸ ਦਾ ਆਨਸਰ ਅਸੀਂ ਹੁਣੇ ਕਰਕੇ ਹਟਿਆ ਕਿ ਜਿਹੜਾ ਮਲੇਰੀਆ ਹੈ ਇਹ ਪਲਾਜ਼ਮੋਡੀਅਮ ਦੇ ਨਾਲ ਹੁੰਦਾ ਹੈ ਸੋ ਜਿਹੜਾ ਮਲੇਰੀਆ ਹੈ ਸਟੂਡੈਂਟਸ ਇਹ ਪਲਾਜ਼ਮੋਡੀਅਮ ਦੇ ਨਾਲ ਹੋਏਗਾ ਸੋ ਤੁਹਾਡਾ ਜਿਹੜਾ ਆਨਸਰ ਬਣੇਗਾ ਸਟੂਡੈਂਟਸ ਉਹ ਬਣੇਗਾ ਪਲਾਜ਼ਮੋਡੀਅਮ ਕਲੀਅਰ ਸਟੂਡੈਂਟਸ ਨੈਕਸਟ ਕੁਐਸਚਨ ਮਲੇਰੀਆ ਦੇ ਇਲਾਜ ਲਈ ਵਰਤੀ ਜਾਂਦੀ ਦਵਾਈ ਕੁਨਿਨ ਮਲੇਰੀਆ ਦੇ ਇਲਾਜ ਲਈ ਜਿਹੜੀ ਕੁਨਿਨ ਦਵਾਈ ਵਰਤੀ ਜਾਂਦੀ ਹੈ ਇਹ ਸਾਨੂੰ ਕਿਸ ਦਰਖਤ ਦੀ ਛਿਲ ਤੋਂ ਤਿਆਰ ਕੀਤੀ ਜਾਂਦੀ ਹੈ ਤਾਂ ਇਸ ਦਾ ਅਨਸਰ ਆਏਗਾ ਸਿੰਕੋਨਾ ਸੋ ਜਿਸ ਦੀ ਐਕਸਪਲੇਨੇਸ਼ਨ ਮੈਂ ਤੁਹਾਨੂੰ ਪਹਿਲਾਂ ਹੀ ਦੇ ਚੁੱਕਿਆ ਹਾਂ ਸਟੂਡੈਂਟਸ ਨੈਕਸਟ ਕੁਐਸਚਨ ਪੀਲੀਆ ਕਿਸ ਰੋਗਾਨੂ ਕਾਰਨ ਹੁੰਦਾ ਹੈ ਸਟੂਡੈਂਟਸ ਇੱਥੇ ਪੀਲੀਆ ਦੀ ਗੱਲ ਕੀਤੀ ਗਈ ਹੈ ਕੀ ਪੀਲੀਆ ਜਿਹੜਾ ਹੈ ਉਹ ਕਿਸ ਰੋਗਾਣੂ ਦੇ ਨਾਲ ਹੁੰਦਾ ਸੋ ਤੁਹਾਨੂੰ ਪਹਿਲਾਂ ਪੀਲੀਆ ਦੀ ਇਨਫੋਰਮੇਸ਼ਨ ਐਕਸਪਲੇਨੇਸ਼ਨ ਸਾਰੀ ਦਿੱਤੀ ਜਾਏਗੀ ਸੋ ਤੁਸੀਂ ਧਿਆਨ ਨਾਲ ਸੁਣਨਾ ਸਟੂਡੈਂਟ ਜਿਹੜਾ ਪੀਲੀਆ ਇਸ ਨੂੰ ਜੌਂਡਿਸ ਕਿਹਾ ਜਾਂਦਾ ਹੈਗਾ ਤੇ ਹੈਪੇਟਾਈਟਸ B ਵਿਸ਼ਾਣੂ ਕਾਰਨ ਇਹ ਹੁੰਦਾ ਸੋ ਸਟੂਡੈਂਟਸ ਇਸੇ ਜਿਆਦਾ ਰੱਖਣਾਗਾ ਕਿ ਜਿਹੜਾ ਪੀਲੀਆ ਹੈਗਾ ਇਸ ਨੂੰ ਜੌਂਡਿਸ ਕਿਹਾ ਜਾਂਦਾ ਹੈਗਾ ਤੇ ਇਹ ਕਿਸ ਰੋਗਾਣੂ ਦੇ ਨਾਲ ਹੁੰਦਾਗਾ ਹੈਪੇਟਾਈਟਸ ਵਿਸ਼ਾਣੂ ਦੇ ਕਾਰਨ ਹੋਣ ਵਾਲਾ ਰੋਗ ਹੈ ਸਟੂਡੈਂਟ ਜਿਹੜਾ ਪੀਲੀਆ ਹੈਗਾ ਜੌਂਡਿਸ ਆ ਇਹ ਟੋਟਲ 6 ਤਰ੍ਹਾਂ ਦਾ ਹੈਗਾ ਜਿਹੜਾ ਜੌਂਡਿਸ ਹੈ ਪੀਲੀਆ ਹੈ ਇਹ 6 ਤਰ੍ਹਾਂ ਦਾ ਹੈ ਜਿਸ ਨੂੰ ਤੁਸੀਂ ਬੋਲਦੇ ਹੋ ਹੈਪੇਟਾਈਟਸ A B C D E ਅਤੇ G ਸੋ ਜਿਹੜਾ ਹੈਪੇਟਾਈਟਸ ਹੈ ਇਹ ਕੁੱਲ 6 ਤਰ੍ਹਾਂ ਦਾ ਹੈ ਤੇ ਹੈਪੇਟਾਈਟਸ ਦੇ ਇਲਾਜ ਲਈ ਹੈਪੇਟਾਈਟਸ ਦੇ ਇਲਾਜ ਵਾਸਤੇ ਹੈਪੇਟਾਈਟਸ ਬੀ ਦਾ ਇੰਜੈਕਸ਼ਨ ਹੈ ਜਿਹੜਾ ਉਹ ਲੱਗਦਾ ਹੈ। ਸੋ ਸਟੂਡੈਂਟਸ ਤੁਹਾਨੂੰ ਇਹ ਜਿਹੜੀ ਜਾਣਕਾਰੀ ਹੈ ਇਸ ਨੂੰ ਯਾਦ ਰੱਖਣਾਗਾ ਸੋ ਸਾਨੂੰ ਨੈਕਸਟ ਕੁਐਸਚਨ ਚ ਵੀ ਹੈਲਪਫੁਲ ਹੋਏਗੀ। ਸੋ ਜਿਹੜਾ 6th ਕੁਐਸਚਨ ਸੀ ਪੀਲੀਆ ਕਿਸ ਰੋਗਾਣੂ ਕਾਰਨ ਹੁੰਦਾ ਹੈ ਸੋ ਇਹਦਾ ਆਨਸਰ ਬਣੇਗਾ ਅਹੜਾ ਹੈਪੇਟਾਈਟਸ ਦੇ ਕਾਰਨ ਤੇ ਜਿਹੜਾ 7th ਕੁਐਸਚਨ ਹੈ ਪੀਲੀਆ ਹੈਪੇਟਾਈਟਸ ਬਿਮਾਰੀ ਤੋਂ ਕਿਹੜਾ ਟੀਕਾ ਲਗਾ ਕੇ ਬਚਾਇਆ ਸਕਦਾ ਹੈ। ਬੱਚਿਓ ਸਟੂਡੈਂਟਸ ਤੁਹਾਨੂੰ ਪਤਾ ਹੈ ਕਿ ਇਸ ਦੇ ਲਈ ਹੈਪੇਟਾਈਟਸ ਬੀ ਦਾ ਜਿਹੜਾ ਇੰਜੈਕਸ਼ਨ ਹੈ ਉਹ ਲਗਾਇਆ ਜਾਂਦਾ। ਕਲੀਅਰ ਸਟੂਡੈਂਟਸ ਉਹ ਤੁਹਾਨੂੰ ਜਿਹੜਾ ਜੌਂਡਿਸ ਬਾਰੇ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਜੌਂਡਿਸ ਹੈ ਜਿਸ ਨੂੰ ਅਸੀਂ ਪੀਲੀਆ ਕਹਿੰਦੇ ਹਾਂ ਇਹ ਹੈਪੇਟਾਈਟਸ ਬੀ ਵਿਸ਼ਾਣੂ ਦੇ ਕਾਰਨ ਹੁੰਦਾ ਹੈਗਾ। ਤੇ ਹੈਪੇਟਾਈਟਸ ਦੀਆਂ ਕੁੱਲ 6 ਕਿਸਮਾਂ ਨੇ A, B, C, D, E ਅਤੇ G ਤੇ ਹੈਪੇਟਾਈਟਸ B ਨਾਂ ਦਾ ਜਿਹੜਾ ਇੰਜੈਕਸ਼ਨ ਆ ਉਹ ਇਸ ਹੈਪੇਟਾਈਟਸ ਦੇ ਟਰੀਟਮੈਂਟ ਵਾਸਤੇ ਲਗਾਇਆ ਜਾਂਦਾ ਹੈਗਾ। ਕਲੀਅਰ ਸਟੂਡੈਂਟ ਨੈਕਸਟ ਕੁਐਸਚਨ ਤੇ ਚੱਲਦੇ ਹਾਂ। 8ਵਾਂ ਕੁਐਸਚਨ ਹਲਕੇ ਕੁੱਤੇ ਦੇ ਕੱਟਣ ਤੇ ਅੱਜਕੱਲ ਕਿੰਨੇ ਟੀਕੇ ਲਗਾਏ ਜਾਂਦੇ ਨੇ ਤਾਂ ਸਟੂਡੈਂਟਸ ਜਿਹੜਾ ਇਸ ਦਾ ਸਹੀ ਆਨਸਰ ਹੈ ਉਹ ਹੈ 5 ਪਹਿਲਾਂ 14 ਇੰਜੈਕਸ਼ਨ ਲੱਗਦੇ ਸੀ ਬਟ ਹੁਣ ਇੱਕ ਹਲਕੇ ਕੁੱਤੇ ਦੇ ਕਿਸੇ ਵੀ ਜਾਨਵਰ ਦੇ ਕੱਟਣ ਦੇ ਨਾਲ 5 ਇੰਜੈਕਸ਼ਨ ਲੱਗਦੇ ਨੇ ਕਿਸ ਤਰ੍ਹਾਂ ਸਟੂਡੈਂਟਸ ਪਹਿਲੇ ਦਿਨ ਇੰਜੈਕਸ਼ਨ ਇੱਕ ਇੰਜੈਕਸ਼ਨ ਪਹਿਲੇ ਦਿਨ ਫਿਰ ਤੀਸਰੇ ਦਿਨ ਫਿਰ 7ਵੇਂ ਦਿਨ ਫਿਰ 14ਵੇਂ ਦਿਨ ਤੇ ਫਿਰ 21ਵੇਂ ਦਿਨ ਤਾਂ ਇਸ ਤਰ੍ਹਾਂ ਇਹ ਜਿਹੜੇ 5 ਇੰਜੈਕਸ਼ਨ ਨੇ ਇਹਨਾਂ ਦਿਨਾਂ ਦੇ ਵਿੱਚ ਲੱਗਦੇ ਨੇ। ਪਲੀ ਸਟੂਡੈਂਟ ਹਲਕੇ ਕੁੱਤੇ ਦੇ ਕੱਟਣ ਦੇ ਨਾਲ ਕਿਸੇ ਜਾਨਵਰ ਦੇ ਕੱਟਣ ਦੇ ਨਾਲ ਜੋ ਰੋਗ ਹੁੰਦਾ ਉਸ ਨੂੰ ਅਸੀਂ ਹਲਕਾ ਕਹਿੰਦੇ ਆ ਜਾਂ ਹਾਈਡਰੋਫੋਬੀਆ ਕਹਿੰਦੇ ਆ ਜਾਂ ਰੈਬੀਸ ਕਹਿੰਦੇ ਆ। ਸੋ ਇਸ ਨੂੰ ਯਾਦ ਰੱਖਿਓ ਕਿ ਇਸ ਤਰ੍ਹਾਂ ਦੇ ਜਿਹੜੇ ਰੋਗ ਆ ਉਸ ਨੂੰ ਅਸੀਂ ਹਾਈਡਰੋਫੋਬੀਆ ਕਹਿੰਦੇ ਆ, ਹਲਕਾ ਕਹਿੰਦੇ ਆ ਜਾਂ ਫਿਰ ਇਸ ਨੂੰ ਅਸੀਂ ਰੈਬੀਸ ਕਿਹਾ ਜਾਂਦਾ। ਕਲੀਅਰ ਇਸ ਨੂੰ ਹਾਈਡਰੋਫੋਬੀਆ ਤਾਂ ਕਿਹਾ ਜਾਂਦਾ ਕਿਉਂਕਿ ਇਸ ਪੇਸ਼ੈਂਟ ਨੂੰ ਪਾਣੀ ਤੋਂ ਡਰ ਲੱਗਦਾ ਸੋ ਹਾਈਡਰੋਫੋਬੀਆ ਹਾਈਡਰੋ ਪਾਣੀ ਨੂੰ ਰਿਪਰੈਜ਼ੈਂਟ ਕਰਦਾ ਤੇ ਫੋਬੀਆ ਜਿਹੜਾ ਹੈ ਡਰ ਨੂੰ ਰਿਪਰੈਜ਼ੈਂਟ ਕਰਦਾ ਤਾਂ ਕਿ ਇਸ ਰੋਗ ਨੂੰ ਹਲਕਾ ਦੇ ਰੋਗ ਨੂੰ ਹਾਈਡਰੋਫੋਬੀਆ ਕਿਹਾ ਜਾਂਦਾਗਾ ਤੇ ਲੂਈਸ ਪਾਸਟਰ ਨੇ ਇਸ ਦਾ ਇਲਾਜ ਲੱਭਿਆ ਸੀਗਾ ਸਟੂਡੈਂਟਸ ਇਸ ਚੀਜ਼ ਨੂੰ ਯਾਦ ਰੱਖਣਾਗਾ ਕਿ ਜਿਹੜਾ ਰੈਬੀਜ਼ ਹੈ ਇਸ ਦਾ ਜਿਹੜਾ ਇਲਾਜ ਹੈ ਉਹ ਲੂਈਸ ਪਾਸਟਰ ਨੇ ਲੱਭਿਆ ਸੀਗਾ कई स्टूडेंट इस नेम ने रखना स्टूडेंट चलते हैं नैक्सट क्वेश्चन के उपर एड्स का पूरा ना की है बहुत सिंपल क्वेश्चन बहुत बार तीन इस बारे पढ़िया है कि जो एड्स का पूरा नाम है वह है एक्वायर्ड इमीनो डेफिशेंसी सिंड्रोम एक्वायर्ड इमीनो डेफिशेंसी सिड्रोम स्टूडेंट आंसर बनेगा आड़ा एक्वायड इमीनो डेफिशेंसी ਸਿੰਡਰੋਮ ਸੋ ਇਸ ਦੀ ਜਾਣਕਾਰੀ ਲੈਣੇ ਆਪਾਂ ਸਟੂਡੈਂਟ ਜਿਹੜਾ ਏਡਜ਼ ਹੈ ਇਹ ਐਚ ਆਈ ਵੀ ਵਾਇਰਸ ਦੇ ਨਾਲ ਹੁੰਦਾਗਾ ਸੋ ਵਾਇਰਸ ਦਾ ਨਾਮ ਯਾਦ ਰੱਖਣਾ ਐਚ ਆਈ ਵੀ ਵਾਇਰਸ ਇਸ ਦਾ ਫੁੱਲ ਫਾਰਮ ਹੈ ਹਿਊਮਨ ਅਮੀਨੋ ਵਾਇਰਸ ਹਿਊਮਨ ਅਮੀਨੋ ਵਾਇਰਸ ਏਡਜ਼ ਦਾ ਸਭ ਤੋਂ ਪਹਿਲਾਂ ਪਤਾ 1981 ਦੇ ਵਿੱਚ ਲੱਗਿਆ ਸੀਗਾ ਇਸ ਦਾ ਜਿਹੜਾ ਪਹਿਲਾ ਪੇਸ਼ੈਂਟ ਆ 1981 ਦੇ ਵਿੱਚ ਪਤਾ ਲੱਗਿਆ ਸੀਗਾ ਯੂ ਐਸ ਏ ਦੇ ਵਿੱਚ ਯੂਨਾਈਟਿਡ ਸਟੇਟ ਅਮਰੀਕਾ ਤੇ ਯੂਨਾਈਟਿਡ ਸਟੇਟ ਅਮਰੀਕਾ ਦਾ ਜਿਹੜਾ ਸ਼ਹਿਰ ਹੈ ਉਹ ਹੈ ਹੈਟਾਈ ਹਟਾਈ H A T A I ਹਟਾਈ ਸ਼ਹਿਰ ਦੇ ਵਿੱਚ ਜਿਹੜਾ ਇਸ ਦਾ ਪਹਿਲਾ ਪੇਸ਼ੈਂਟ ਦਾ ਪਤਾ ਲੱਗਿਆ ਸੀਗਾ ਤੇ ਹਰ ਸਾਲ 1 ਦਸੰਬਰ ਨੂੰ ਹਰ ਸਾਲ 1 ਦਸੰਬਰ ਨੂੰ ਜਿਹੜਾ ਵਿਸ਼ਵ ਏਡਜ਼ ਦਿਵਸ ਆ ਉਹ ਮਨਾਇਆ ਜਾਂਦਾ ਹੈਗਾ ਸੋ ਇਸ ਨੂੰ ਤੁਸੀਂ ਯਾਦ ਰੱਖਣਾਗਾ ਕਿ ਹਰ ਸਾਲ 1 ਦਸੰਬਰ ਨੂੰ ਜਿਹੜਾ ਵਿਸ਼ਵ ਵਿੜਜ਼ ਦਿਵਸ ਆ ਉਹ ਮਨਾਇਆ ਜਾਂਦਾ ਸੋ ਉਮੀਦ ਆ ਸਟੂਡੈਂਟਸ ਤੁਹਾਨੂੰ ਇਹਨਾਂ ਕੁਐਸਚਨਾਂ ਦੀ ਜਿਹੜੀ ਜਾਣਕਾਰੀ ਹੈ ਉਹ ਬਹੁਤ ਚੰਗੀ ਲੱਗ ਰਹੀ ਹੋਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਪਲੀਜ਼ ਇਸ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਤੁਸੀਂ ਚਾਹੁੰਦੇ ਆ ਕਿ ਇਹੋ ਜਿਹੀਆਂ ਵੀਡੀਓਜ਼ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ ਸਟੂਡੈਂਟ ਚਲਦੇ ਹਾਂ ਨੈਕਸਟ ਕੁਐਸਚਨ ਤੇ ਮਾਈਕਰੋ ਬੈਕਟੀਰੀਅਮ ਟਿਊਬਰਕਲੋਸਿਸ ਨਾਮ ਦੇ ਜੀਵਨੂ ਨਾਲ ਹੋਣ ਵਾਲਾ ਰੋਗ ਸਟੂਡੈਂਟ 11ਵਾਂ ਕੁਐਸਚਨ ਆਪਣੇ ਕੋਲੇ ਕਿ ਜਿਹੜਾ ਟਿਊਬਰਕਲੋਸਿਸ ਦੇ ਨਾਲ ਹੋਣ ਵਾਲਾ ਰੋਗ ਕਿਹੜਾ ਹੈ ਦੇਖੋ ਸਟੂਡੈਂਟ ਮੇਰੇ ਪੜਾਉਣ ਦਾ ਫੰਡਾ ਤੁਹਾਨੂੰ ਬਿਲਕੁਲ ਕਲੀਅਰ ਹੈ ਕਿ ਮੈਂ ਇਕੱਲਾ ਕੁਐਸਚਨ ਦੇ ਉੱਪਰ ਟਿਕ ਨਹੀਂ ਲਵਾ ਰਿਹਾ ਕਿ ਉਸ ਕੁਐਸਚਨ ਦੀ ਫੁੱਲ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਦਿੱਤੀ ਜਾ ਰਹੀ ਹੈ ਸੋ ਪਹਿਲੀ ਗੱਲ ਤਾਂ ਮਾਈਕਰੋ ਬੈਕਟੀਰੀਅਮ ਟਿਊਬਰਕਲੋਸਿਸ ਇਹ ਜੋ ਹੈ ਸਟੂਡੈਂਟ ਇਸ ਨੂੰ ਅਸੀਂ ਕਹਨੇ ਹਾਂਗੇ ਤਬਦੀਕ ਇਸ ਨੂੰ ਸਟੂਡੈਂਟਸ ਕਿਹਾ ਜਾਂਦਾ ਹੈ ਤਬਦੀਕ ਜਾਂ ਫਿਰ ਇਸ ਨੂੰ ਕਿਹਾ ਜਾਂਦਾ ਹੈ ਟੀਵੀ ਇਸ ਨੂੰ ਯਾਦ ਰੱਖਿਓ ਸਟੂਡੈਂਟ ਇਸ ਨੂੰ ਜਾਂ ਫਿਰ ਕਿਹਾ ਜਾਂਦਾ ਹੈ ਟੀਵੀ ਸੋ ਇੱਕ ਤਾਂ ਇਸ ਗੱਲ ਨੂੰ ਯਾਦ ਰੱਖਣਾ ਹੈ ਤੁਸੀਂ ਤੇ ਦੂਸਰੀ ਗੱਲ ਇਹ ਜਿਹੜੀ ਟੀਵੀ ਹੈ ਇਹ ਇੱਕ ਕਮਿਊਨੀਕੇਬਲ ਡਿਸੀਜ਼ ਹੈ ਇੱਕ ਹੈ ਸ਼ੂਤ ਦੀ ਬਿਮਾਰੀ ਹੈ ਇਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਹੋ ਜਾਂਦੀ ਹੈ ਤੇ ਜਿਹੜੀ ਟਿਊਬਰਕਲੋਸਿਸ ਹੈ ਇਹ ਪਹਿਲੀ ਵਾਰ 1882 ਦੇ ਵਿੱਚ ਰੋਬਰਟ ਕੋਚ ਨੇ ਇਸ ਦਾ ਪਤਾ ਲਗਾਏ ਸੀਗਾ 1882 ਦੇ ਵਿੱਚ ਰੋਬਰਟ ਕੋਚ ਨੇ ਰੋਬਰਟ ਕੋਚ ਨੇ ਸਭ ਤੋਂ ਪਹਿਲਾਂ ਇਸ ਟਿਊਬਰਕਲੋਸਿਸ ਬਾਰੇ ਪਤਾ ਲਗਾਏ ਸੀਗਾ ਕਲੀਅਰ ਸਟੂਡੈਂਟ ਸੋ ਇਹ ਜੀਵਾਣੂ ਜਿਸ ਦੇ ਨਾਲ ਤਬਦੀਕ ਹੁੰਦਾ ਜਿਸ ਨੂੰ ਤੁਸੀਂ ਟੀਵੀ ਕਹਿੰਦੇ ਹੋ ਉਸ ਦਾ ਨਾਮ ਮਾਈਕਰੋ ਬੈਕਟੀਰੀਆ ਟਿਬਰਕਲੋਸਿਸ ਜੀਵਾਣੂ ਹੈ ਇਸ ਦੇ ਬਚਾਅ ਦੇ ਲਈ ਸਟੂਡੈਂਟਸ ਟੀਵੀ ਦੇ ਬਚਾਅ ਦੇ ਦੇ ਲਈ ਬੀ ਸੀ ਜੀ ਦਾ ਇੱਕ ਜਿਹੜਾ ਇੰਜੈਕਸ਼ਨ ਆ ਉਹ ਇੱਕ ਟੀਕਾ ਜਿਹੜਾ ਲਗਾਇਆ ਜਾਂਦਾ ਹੈ ਤੇ ਟੀਵੀ ਦੇ ਇਲਾਜ ਨੂੰ ਟੀਵੀ ਦੇ ਲਾਜ਼ ਨੂੰ ਏਟਟੀ ਕਿਹਾ ਜਾਂਦਾ ਇਸ ਚੀਜ਼ ਨੂੰ ਜ਼ਿਆਦਾ ਰੱਖਣਾ ਕਿ ਟੀਵੀ ਦੇ ਇਲਾਜ ਨੂੰ ਏਟਟੀ ਕਿਹਾ ਜਾਂਦਾ ਐਂਟੀ ਟਿਊਬਰਕਲੋਸਿਸ ਟ੍ਰੀਟਮੈਂਟ ਕਲੀਅਰ ਸਟੂਡੈਂਟ ਤੇ ਵਿਸ਼ਵ ਪਰ ਦੇ ਵਿੱਚ 24 ਮਾਰਚ ਨੂੰ ਸਟੂਡੈਂਟਸ 24 ਮਾਰਚ ਨੂੰ ਵਿਸ਼ਵ ਪਰ ਦੇ ਵਿੱਚ ਜਿਹੜਾ ਟੀਵੀ ਦਿਵਸ ਆ ਉਹ ਮਨਾਇਆ ਜਾਂਦਾ ਕਲੀਅਰ ਸਟੂਡੈਂਟ आई एक्सप्लेनेशन बहुत चंगी लगी होएगी चंगे एग्जाम है सो स्टूडेंट क्लीयर है इलेवंथ सो इसका जो आंसर है स्टूडेंट इलेवंथ का जो सा आंसर है स्टूडेंट ओ बनेगा तब्दीक क्वेश्चन so देखो ਕੀ ਮਾਈਕਰੋਬੈਕਟੀਰੀਅਮ ਟਿਬੀਰਕਲੋਸਿਸ ਨਾਮਕ ਜੀਵਨੂ ਨਾਲ ਹੋਣ ਵਾਲਾ ਰੋਗ ਕਿਹੜਾ ਹੈ ਤਬਦੀਕ ਕਲੀ ਸਟੂਡੈਂਟ ਨੈਕਸਟ ਕੁਐਸਚਨ ਚਲਦੇ ਆ ਤਬਦੀਕ ਦੀ ਖੋਜ ਸਭ ਤੋਂ ਪਹਿਲਾਂ ਕਿਸ ਵਿਗਿਆਨੀ ਨੇ ਕੀਤੀ ਸਟੂਡੈਂਟ ਹੁਣੀ ਗੱਲ ਕਰਕੇ ਅਟਿਆ ਕਿ ਤਬਦੀਕ ਬਾਰੇ ਰਾਬਰਟ ਕੋਚ ਨੇ ਸਾਨੂੰ ਦੱਸਿਆ ਕਲੀ ਸਟੂਡੈਂਟ 13ਵਾਂ ਕੁਐਸਚਨ ਹੈ BCG ਨਾਮ ਟਿਕਾ ਕਿਸ ਬਿਮਾਰੀ ਦੀ ਰੋਕਥਾਮ ਦੇ ਲਈ ਲੱਗਦਾ ਐਕਸਪਲੇਨੇਸ਼ਨ ਤੁਹਾਨੂੰ ਦੇ ਚੁੱਕਿਆ ਕਿ ਤਬਦੀਕ ਜਿਸ ਨੂੰ ਅਸੀਂ ਟੀਵੀ ਕਹਿੰਦੇ ਆ ਇੱਥੇ ਤੁਸੀਂ ਬੀਸੀਜੀ ਦੀ ਜਿਹੜੀ ਫੁੱਲ ਫਾਰਮ ਆ ਉਸ ਨੂੰ ਵੀ ਯਾਦ ਰੱਖ ਸਕਦੇ ਹੋ ਬੈਸਿਲਸ ਕੈਲਾਮੇਟ ਗੁਰੇਨ ਸੋ ਇਸ ਨੂੰ ਤੁਸੀਂ ਯਾਦ ਰੱਖ ਸਕਦੇ ਹੋ ਸਟੂਡੈਂਟ ਚੱਲਦੇ ਆ ਨੈਕਸਟ ਕੁਐਸਚਨ ਦੇ ਉੱਪਰ 14th ਕੁਐਸਚਨ ਹੈਜ਼ਾ ਸੋ ਸਟੂਡੈਂਟਸ ਅਗਲੇ ਬੀ ਕੁਐਸਚਨ ਹੈ ਹੈਜ਼ਾ ਕਿਸ ਜੀਵਾਣੂ ਕਾਰਨ ਹੁੰਦਾ ਹੈ ਸਟੂਡੈਂਟ ਹੁਣ ਦੇਖੋ ਹੈਜ਼ਾ ਦਾ ਕੁਸਚਨ ਆਇਆ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇਸ ਹੈਜ਼ਾ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਹੈਜ਼ਾ ਰੋਗ ਕੀ ਹੈ ਤੇ ਕਿਸ ਬਿਮਾਰੀ ਕਿਸ ਤਰ੍ਹਾਂ ਦੀ ਇਹ ਬਿਮਾਰੀ ਹੈ ਹਾਂਜੀ ਸਟੂਡੈਂਟਸ ਸੋ ਹੈਜ਼ਾ ਬਾਰੇ ਪਹਿਲੀ ਗੱਲ ਤਾਂ ਕਿ ਹੈਜ਼ਾ ਨੂੰ ਕੋਲਰਾ ਕਿਹਾ ਜਾਂਦਾ ਹੈਗਾ ਹੈਜ਼ਾ ਦਾ ਨਾਮ ਜਿਵੇਂ ਕਿ ਤੁਸੀਂ ਇੱਥੇ ਦੇਖ ਰਹੇ ਹੋ ਕਿ ਹੈਜ਼ਾ ਨੂੰ ਕੋਲਰਾ ਕਿਹਾ ਜਾਂਦਾ ਹੈਗਾ ਤੇ ਦੂਸਰੀ ਗੱਲ ਕਿ ਇਹ ਜਿਹੜਾ ਜੀਵਾਣੂ ਹੈ ਜਿਸ ਦੇ ਨਾਲ ਹੈਜ਼ਾ ਹੁੰਦਾ ਉਸ ਦਾ ਨਾਮ ਹੈ ਵਿਬਰੋ ਕੋਲਰੀ ਸੋ ਈਡੀ অপਸ਼ਨ ਆਏਗੀ ਵਿਬਰੋ ਕੋਲਰੀ ਹੁਣ ਹੈਜ਼ਾ ਬਾਰੇ ਤੁਹਾਨੂੰ ਇਹ ਵੀ ਜਨਣਾ ਜ਼ਰੂਰੀ ਹੈ ਕਿ ਹੈਜ਼ਾ ਜਿਹੜਾ ਹੈ ਇਹ ਦੂਸ਼ਿਤ ਭੋਜਨ ਪਾਣੀ ਦੇ ਨਾਲ ਫੈਲਣ ਵਾਲਾ ਰੋਗ ਹੈ ਜਿਆਦਾਤਰ ਮੇਲਿਆਂ ਦੇ ਵਿੱਚ ਜਾਂ ਜਿਆਦਾ ਭੀੜ ਦੇ ਵਿੱਚ ਕੁਦਰਤੀ ਆਫਤਾਂ ਦੇ ਕਾਰਨ ਹੜ੍ਹਾਂ ਦੀ ਸਥਿਤੀ ਆ ਜੇ ਉਸ ਦੌਰਾਨ ਹੈਜਾ ਫੈਲਣ ਦਾ ਖਤਰਾ ਜਿਹੜਾ ਉਹ ਸਭ ਤੋਂ ਜਿਆਦਾ ਰਹਿੰਦਾ ਹੈ ਹੈਜਾ ਦੀ ਬਿਮਾਰੀ ਦੇ ਵਿੱਚ ਸਰੀਰ ਦੇ ਵਿੱਚ ਜਿਹੜੀ ਪਾਣੀ ਦੀ ਕਮੀ ਹੋ ਜਾਂਦੀ ਹੈ ਸੋ ਤਾਂ ਕਰਕੇ ਸਟੂਡੈਂਟਸ ORS ਦਾ ਕੋਲ ਆ ਜਿਹੜਾ ਉਹ ਪੇਸ਼ੈਂਟਸ ਨੂੰ ਦਿੱਤਾ ਜਾਂਦਾ ORS ਦੀ ਫੁੱਲ ਫਾਰਮ ਹੈ ਜਿਹੜੀ oral rehydration solution oral rehydration ਸੋਲੂਸ਼ਨ ਜਿਸ ਤਰ੍ਹਾਂ ਤੁਹਾਨੂੰ ਪਤਾ ਹੋਵੇਗਾ ਕਿ ਪਾਣੀ ਦੇ ਵਿੱਚ 슈ਗਰ ਪਾ ਕੇ ਨਮਕ ਪਾ ਕੇ ਇਸ ਤਰ੍ਹਾਂ ਵੀ ओआरएस ਨੂੰ ਜਿਹੜਾ ਉਹ ਤਿਆਰ ਕੀਤਾ ਜਾਂਦਾ ਹੈ। ਕਲੀਅਰ ਸਟੂਡੈਂਟ ਗੱਲ ਕਰਦੇ ਆ 15th ਕੁਐਸਚਨ ਦੀ ਟਾਈਫਾਇਡ ਰੋਗ ਕਿਸ ਬੈਕਟੀਰੀਆ ਕਾਰਨ ਹੁੰਦਾ ਹੈ? ਸਟੂਡੈਂਟ ਟਾਈਫਾਇਡ ਰੋਗ ਦੀ ਗੱਲ ਕੀਤੀ ਗਈ ਹੈ ਤੇ ਟਾਈਫਾਇਡ ਰੋਗ ਦੀ ਐਕਸਪਲੇਨੇਸ਼ਨਸ ਨੂੰ ਕਿ ਜਿਹੜਾ ਟਾਈਫਾਇਡ ਰੋਗ ਹੈ ਇਹ ਜੀਵਾਣੂ ਸੈਲਮੋਨੇਲਾ ਟਾਈਫੀ ਦੇ ਨਾਲ ਹੁੰਦਾ ਪਹਿਲੀ ਗੱਲ ਤਾਂ ਇਸ ਨੂੰ ਤੁਸੀਂ ਯਾਦ ਰੱਖਿਓ। ਦੇਖੋ ਟਾਈਫਾਈਡ ਆ ਰਿਹਾ ਹੈਗਾ ਇਥੇ ਤੇ ਉਰੇ ਆ ਰਿਹਾ ਟਾਈਫੀ ਸੋ ਤੁਹਾਨੂੰ ਯਾਦ ਰੱਖਣਾ ਸੋਖਾ ਹੋਏਗਾ ਕਿ ਜਿਹੜਾ ਟਾਈਫਾਈਡ ਰੋਗ ਹੈ ਇਹ ਸੈਲਮੋਨੇਲਾ ਟਾਈਫੀ ਦੇ ਨਾਲ ਹੁੰਦਾਗਾ ਇਹ ਰੋਗ ਮੱਖੀਆਂ ਦੁਆਰਾ ਫੈਲਦਾ ਮੱਖੀਆਂ ਦੁਆਰਾ ਕਿਵੇਂ ਫੈਲਦਾ ਕਿ ਜਿਹੜੀਆਂ ਮੱਖੀਆਂ ਨੇ ਇਹ ਗੰਦੇ ਭੋਜਨ ਪਾਣੀ ਦੇ ਉੱਪਰ ਬੈਠਦੀਆਂ ਨੇ ਤੇ ਉਸ ਭੋਜਨ ਉਸ ਮਤਲਬ ਕਿ ਉਸ ਡਸਟ ਪਾਰਟਿਕਲਸ ਨੂੰ ਲਗਾ ਲੋ ਜਾਂ ਉਸ ਡਸਟ ਉਸ ਗੰਦਗੀ ਨੂੰ ਇਹ ਭੋਜਨ ਦੇ ਉੱਪਰ ਲਿਆਉਂਦੀਆਂ ਨੇ ਤੇ ਉਹ ਭੋਜਨ ਜੋ ਸਾਡੀ ਬੋਡੀ ਚ ਜਾਂਦਾ ਹੈਗਾ ਤਾਂ ਉਸ ਦੇ ਨਾਲ ਜਿਹੜਾ ਟਾਈਫਾਇਡ ਹੋ ਜਾਂਦਾ ਸੋ ਜਿਹੜਾ ਬੈਕਟੀਰੀਆ ਉਸ ਦਾ ਨਾਮ ਹੈ ਸੈਲਮੋਨੇਲਾ ਟਾਈਫੀ ਟਾਈਫਾਇਡ ਦੇ ਇਲਾਜ ਦੇ ਲਈ ਇੱਕ ਟੈਬ ਨਾਂ ਦਾ ਟੀਕਾ ਜਿਹੜਾ ਉਹ ਲਗਾਇਆ ਜਾਂਦਾ ਇਸ ਨੂੰ ਤੁਸੀਂ ਯਾਦ ਰੱਖਿਓ ਕਿ ਟਾਈਫਾਇਡ ਦੇ ਇਲਾਜ ਦੇ ਲਈ ਟੈਬ ਦਾ ਟੀਕਾ ਲਗਾਇਆ ਜਾਂਦਾ ਇਹੇ ਟਾਈਪ ਦਾ ਟੀਕਾ ਜਿਹੜਾ ਇੱਕ ਵਿਅਕਤੀ ਨੂੰ 3 ਸਾਲ ਤੱਕ ਸੁਰੱਖਿਆ ਪ੍ਰਦਾਨ ਕਰਦਾ ਹੈਗਾ క్ਲੀ ਸਟੂਡੈਂਟ ਆਓ ਹੁਣ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਦੀ ਐਥ੍ਰੈਕਸ ਰੋਗ ਕਿਸ ਜੀਵਾਣੂ ਕਾਰਨ ਹੁੰਦਾ ਹੈ ਸਟੂਡੈਂਟਸ ਹੁਣ ਐਥ੍ਰੈਕਸ ਰੋਗ ਦੀ ਗੱਲ ਕੀਤੀ ਗਈ ਹੈ ਤਾਂ ਤੁਹਾਨੂੰ ਐਥ੍ਰੈਕਸ ਰੋਗ ਬਾਰੇ ਥੋੜੀ ਜਾਣਕਾਰੀ ਲੈਣੀ ਪੈਗੀ ਕਿ ਐਥ੍ਰੈਕਸ ਰੋਗ ਹੈ ਕਿ ਸਟੂਡੈਂਟ ਜਿਹੜਾ ਐਥਰੇਕਸ ਰੋਗ ਹੈ ਇਹੇ ਜੀਵਾਂ ਨੂੰ ਬੈਸਿਲਸ ਐਥਰੇਸਿਸ ਨਾਲ ਹੁੰਦਾ ਹੈ ਇਸ ਨੂੰ ਤੁਸੀਂ ਯਾਦ ਰੱਖੋਗੇ ਕਿ ਇਹ ਬੈਸਿਲਸ ਐਥਰੇਸਿਸ ਦੇ ਨਾਲ ਹੁੰਦਾ ਹੈ ਤੇ ਇਹ ਰੋਗ ਹੈ ਜਿਹੜਾ ਇੱਕ ਲਾਗ ਦੀ ਬਿਮਾਰੀ ਹੈ ਇਹ ਯਾਤਰੀ ਜਾਨਵਰਤ ਹੁੰਦੀ ਹੈ ਤੇ ਜਿਹੜਾ ਐਥਰੇਕਸ ਰੋਗ ਹੈ ਇਹ ਤਿੰਨ ਤਰ੍ਹਾਂ ਦਾ ਹੈ ਸਟੂਡੈਂਟਸ ਐਥਰੇਕਸ ਰੋਗ ਹੈ ਜਿਹੜਾ ਇਹ ਤਿੰਨ ਤਰ੍ਹਾਂ ਦਾ ਹੈ ਤਿੰਨ ਤਰ੍ਹਾਂ ਦਾ ਕਿਹੜਾ-ਕਿਹੜਾ ਪਹਿਲਾ ਚਮੜੀ ਐਥਰੇਕਸ ਹੁੰਦਾ ਦੂਜਾ ਮਹਦਾ ਅੰਦਰ ਐਥਰੇਕਸ ਹੁੰਦਾ ਤੇ ਤੀਜਾ ਸਾਹ ਐਥਰੇਕਸ ਹੁੰਦਾ ਸੋ ਇਹ ਤਿੰਨੇ ਦੀਆਂ ਟਾਈਪਸ ਨੇ ਤੇ ਨੈਕਸਟ ਇਹ ਗੱਲ ਯਾਦ ਰੱਖਣੀ ਹੈ ਕਿ ਐਥਰੇਕਸ ਦੇ ਇਲਾਜ ਦੇ ਲਈ ਚਮੜੀ ਦੇ ਹੇਟਾਂ ਚਾਰ ਇੰਜੈਕਸ਼ਨ ਲਗਾਏ ਜਾਂਦੇ ਹਨ ਕਿਰੀ ਸਟੂਡੈਂਟ ਐਥਰੇਕਸ ਰੋਗ ਹੈ ਜਿਹੜਾ ਬੈਸਿਲਸ ਐਥਰੇਸ ਦੇ ਕਾਰਨ ਹੁੰਦਾਗਾ ਜਿਹੜਾ ਐਥਰੇਸ ਰੋਗ ਹੈ ਇਸ ਦੀਆਂ ਤਿੰਨ ਤਰ੍ਹਾਂ ਦੀਆਂ ਟਾਈਪ ਆ ਜੋ ਇਸ ਦੀਆਂ ਉਹ ਤਿੰਨ ਤਰ੍ਹਾਂ ਦੀਆਂ ਨੇ ਐਥਰੇਕਸ ਰੋਗ ਤਿੰਨ ਤਰ੍ਹਾਂ ਹੁੰਦਾ ਚਮੜੀ ਐਥਰੇਕਸ ਮਹਦਾ ਐਥਰੇਕਸ ਮੈਂ ਦਾ ਅੰਦਰ ਐਥਰੇਕਸ ਤੇ ਸਾ ਐਥਰੇਕਸ ਤੇ ਐਥਰੇਕਸ ਦੇ ਲਾਸ ਦੇ ਲਈ ਜਿਹੜੇ ਚਾਰ ਇੰਜੈਕਸ਼ਨ ਚਾਰ ਟੀਕੇ ਨੇ ਉਹ ਲੱਗਦੇ ਨੇ ਸੋ ਸਟੂਡੈਂਟ ਸਾਡੇ ਕੋਲ ਜਿਹੜਾ 8ਵਾਂ ਕੁਐਸਚਨ ਹੈ ਉਹ ਇਹੀ ਹੈ ਕਿ ਐਥਰੇਕਸ ਰੋਗ ਕਿੰਨੇ ਤਰ੍ਹਾਂ ਦਾ ਹੁੰਦਾ ਤਾਂ ਸਟੂਡੈਂਟ ਤੁਹਾਨੂੰ ਦੱਸਿਆ ਕਿ ਐਥਰੇਕਸ ਰੋਗ ਜਿਹੜਾ ਇਹ ਤਿੰਨ ਤਰ੍ਹਾਂ ਦਾ ਹੁੰਦਾਗਾ ਥੀ स्टूडेंट्स ਸਾਡੇ ਕੋਲੇ ਜਿਹੜਾ ਨੈਕਸਟ ਕੁਐਸਚਨ ਹੈ ਕੀ ਜਨਾ ਐਥਰਿਕਸ ਦੇ ਇਲਾਜ ਲਈ ਚਮੜੀ ਵਿੱਚ ਕਿੰਨੇ ਟੀਕੇ ਲਗਾਏ ਜਾਂਦੇ ਹਨ ਹੁਣੇ ਮੈਂ ਤੁਹਾਨੂੰ ਦੱਸ ਕੇ ਸਟੂਡੈਂਟ ਕਿ ਐਥਰਿਕਸ ਦੇ ਇਲਾਜ ਵਾਸਤੇ 4 ਟੀਕੇ ਨੇ ਜਿਹੜੇ ਉਹ ਚਮੜੀ ਦੇ نیچے ਲੱਗਦੇ ਹਨ ਕਲੀਅਰ ਸਟੂਡੈਂਟ ਚਮੜੀ ਦੇ ਹੇਠਾਂ ਲੱਗਦੇ ਨੇ ਸੋ ਸਟੂਡੈਂਟ ਜੇਕਰ ਤੁਹਾਨੂੰ ਇਹ ਐਮਸੀਕਿਊਜ਼ ਦਾ ਜੋ ਤੁਸੀਂ ਕਹਿ ਸਕਦੇ ਹੋ ਕਿ ਬਹੁਤ ਹੀ ਟਿਪੀਕਲ ਐਮਸੀਕਿਊਜ਼ ਨੇ ਬਹੁਤ ਹੀ ਨੌਲੇਜ ਮਿਲ ਰਹੀ ਹੈ ਹਰ ਇੱਕ ਐਮਸੀਕਿਊ ਤੋਂ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰੋ ਬਤ ਤੋਂ ਬਤ ਤਾਂ ਗੱਲ ਕਰਦੇ ਹਾਂ 20th ਕੁਐਸਚਨ ਦੀ ਕਿ ਵਿਅਕਤੀ ਦੇ ਖੂਨ ਵਿੱਚ ਲੋਹੇ ਦੀ ਘਾਟ ਨਾਲ ਹੋਣ ਵਾਲਾ ਰੋਗ ਇਹ ਸਟੂਡੈਂਟ ਤੁਹਾਨੂੰ ਸਭ ਨੂੰ ਪਤਾ ਹੁੰਦਾ ਕਿ ਇਹ ਜਿਹੜਾ ਰੋਗ ਹੈ ਇਸ ਦਾ ਨਾਮ ਹੈ ਐਨੀਮੀਆ ਕਲੀਅਰ ਸਟੂਡੈਂਟ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ ਸਟੂਡੈਂਟ ਜੇਕਰ ਵੀਡੀਓ ਚੰਗੀ ਲੱਗ ਰਹੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਸਟੂਡੈਂਟ ਸਾਡੇ ਕੋਲ ਹੈ 21st ਕੁਐਸਚਨ ਗਿੱਲਡ ਨੂੰ ਠੀਕ ਕਰਨ ਲਈ ICMR ਵੱਲੋਂ ਤਿਆਰ ਕੀਤੀਆਂ ਗੋਲੀਆਂ ਦੇਖੋ ਸਟੂਡੈਂਟ ਗਿੱਲਡ ਨਾਦਰੋਗ ਕਿਹੜਾ ਰੋਗ ਹੈਗਾ ਪਹਿਲੀ ਗੱਲ ਇੱਥੇ ਦਿੱਤਾ ਹੋਇਆ ICMR ICMR ਦੀ ਫੁੱਲ ਫਾਰਮ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਇਸ ਨੂੰ ਤੁਸੀਂ ਯਾਦ ਰੱਖਣਾ ਲਿਖ ਸਕਦੇ ਹੋ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਇਸ ਚੀਜ਼ ਨੂੰ ਯਾਦ ਰੱਖਣਾ ਤੇ ਜਿਹੜਾ ਗਿਲਡ ਰੋਗ ਹੈ ਗਿਲਡ ਰੋਗ ਦੇ ਵਿੱਚ ਹੁੰਦਾ ਕਿ ਇਹ ਸਟੂਡੈਂਟਸ ਕਿ ਜਿਹੜਾ ਗਲਾ ਹੈ ਗਲੇ ਦੀਆਂ ਗ੍ਰੰਥੀਆਂ ਸੁੱਜ ਜਾਂਦੀਆਂ ਨੇ ਸੋ ਗਲਾ ਗਲੇ ਦਾ ਕਾਰਡਾ ਭਰ ਜਾਂਦਾ ਗਲੇ ਦੀਆਂ ਗ੍ਰੰਥੀਆਂ ਸੁੱਜ ਜਾਂਦੀਆਂ ਨੇਗੀਆਂ ਇਹ ਇਹਦੇ ਰੋਗ ਹੋਣ ਦਾ ਕਾਰਨ ਕੀ ਆ ਕਿ ਭੋਜਨ ਦੇ ਵਿੱਚ ਜਦੋਂ ਨਮਕ ਜੋ ਸੀ ਖਾਂਦੇ ਆ ਉਸ ਦੇ ਵਿੱਚ ਜੇ ਆਇਓਡੀਨ ਦੀ ਕਮੀ ਹੋ ਜਾਏ ਸੋ ਸਟੂਡੈਂਟਸ ਨੂੰ ਯਾਦ ਰੱਖਣਾ ਕਿ ਆਇਓਡੀਨ ਦੀ ਕਮੀ ਦੇ ਨਾਲ ਇਹੀ ਜਿਹੜਾ ਰੋਗ ਹੈ ਉਹ ਹੁੰਦਾ ਪਹਿਲੀ ਗੱਲ ਕਲੀ ਸਟੂਡੈਂਟ ਆਇਓਡੀਨ ਦੀ ਕਮੀ ਦੇ ਨਾਲ ਇਹ ਰੋਗ ਹੁੰਦਾਗਾ ਸੋ ਇਸ ਰੋਗ ਦੇ ਬਚਾਅ ਦੇ ਲਈ ਇਹਨਾਂ ਪੁੱਛੇਗਾ ਕਿ ਇਸ ਨੂੰ ਬਚਾਅ ਦੇ ਲਈ ਤਿਆਰ ਕਿਹੜੀਆਂ ਗੋਲੀਆਂ ਪ੍ਰਭਾਵੀ ਨੇ ਤਾਂ ਸੋਡੀਅਮ ਆਇਓਡੇਟ ਦੀਆਂ ਗੋਲੀਆਂ ਮੈਂ ਤੁਹਾਨੂੰ ਦੱਸ ਕੇ ਟਿਆਂ ਕਿ ਆਇਓਡੀਨ ਦੀ ਕਮੀ ਦੇ ਨਾਲ ਇਹ ਰੋਗ ਹੁੰਦਾ ਤਾਂ ਕਿ ਕਿਸੇ ਬਚਾਅ ਵਾਸਤੇ ਸੋਡੀਅਮ ਆਇਓਡੇਟ ਦੀਆਂ ਗੋਲੀਆਂ ਨੇ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ ਸਟੂਡੈਂਟ 22 ਸੈਕੰਡ ਕੁਐਸਚਨ ਚੱਲਦੇ ਆ ਜਿਨ੍ਹਾਂ ਇਲਾਕਿਆਂ ਵਿੱਚ ਮੁੱਖ ਭੋਜਨ ਪਾਲਿਸ਼ ਕੀਤੇ ਹੋਏ ਚੋਲ ਹੋਣ ਉੱਥੇ ਲੋਕਾਂ ਨੂੰ ਕਿਹੜਾ ਰੋਗ ਹੋਣ ਦੀ ਸੰਭਾਵਨਾ ਰਹਿੰਦੀ ਹੈ ਤਾਂ ਇਹਦਾ ਆਨਸਰ ਆਏਗਾ 베ਰੀ 베ਰੀ ਕਿਉਂਕਿ ਸਟੂਡੈਂਟਸ ਉਹ ਭੋਜਨ ਜਿਸ ਨੂੰ ਪਾਲਿਸ਼ ਕੀਤਾ ਹੁੰਦਾ ਜਿਵੇਂ ਚਾਵਲ ਹੈ ਜਦੋਂ ਉਸ ਨੂੰ ਪਾਲਿਸ਼ ਕੀਤਾ ਜਾਂਦਾ ਤਾਂ ਉਹਦੇ ਵਿੱਚ ਵਿਟਾਮਿਨ B ਦੀ ਕਮੀ ਆ ਜਾਂਦੀ ਹੈ ਵਿਟਾਮਿਨ B ਦੀ ਕਮੀ ਹੋ ਜਾਂਦੀ ਹੈ ਜੇਕਰ ਭੋਜਨ 'ਚ ਵਿਟਾਮਿਨ B ਦੀ ਕਮੀ ਹੋਏਗੀ ਜਾਂ ਵਿਟਾਮਿਨ ਦੀ ਘਾਟ ਨਾਲ ਹੋਣ ਵਾਲਾ ਰੋਗ ਹੁੰਦਾ ਤਾਂ ਉਹ ਕਿਹੜਾ ਹੁੰਦਾ 베ਰੀ 베ਰੀ ਰੋਗ ਕਲੀ ਸਟੂਡੈਂਟ ਚਲਦੇ ਹਾਂ ਨੈਕਸਟ ਕੁਐਸਚਨ ਤੇ ਸਟੂਡੈਂਟਸ ਅਣਕੋ ਜੋ ਨੈਕਸਟ ਕੁਐਸਚਨ 23 4D ਸਿੰਡਰੋਮ ਬਹੁਤ ਇੰਪੋਰਟੈਂਟ ਹੈ 4D ਸਿੰਡਰੋਮ ਕਿਸ ਬਿਮਾਰੀ ਨੂੰ ਕਿਹਾ ਜਾਂਦਾ ਹੈ ਸਟੂਡੈਂਟ ਜਿਹੜਾ 4D ਸਿੰਡਰੋਮ ਹੈ ਉਹ ਪੈਲਾਗਰਾ ਨਾਂ ਦੀ ਬਿਮਾਰੀ ਨੂੰ ਕਿਹਾ ਜਾਂਦਾ ਹੈ ਸਟੂਡੈਂਟ ਇਸ ਕੁਐਸਚਨ ਤੁਹਾਨੂੰ ਫੁੱਲ ਐਕਸਪਲੇਨੇਸ਼ਨ ਜਾਣ ਲੈਣੀ ਜ਼ਰੂਰੀ ਹੈ ਕਿ ਜਿਹੜਾ 4D ਸਿੰਡਰੋਮ ਹੈ ਇਸ ਨੂੰ ਪੈਲਾਗਰਾ ਨਾਂ ਦੀ ਬਿਮਾਰੀ ਵੀ ਕਹਿੰਦੇ ਨੇ ਇਹੇ ਰੋਗ ਹੈ ਸਟੂਡੈਂਟ ਜਿਹੜਾ ਇਹ ਵਿਟਾਮਿਨ 3 ਤੇ ਵਿਟਾਮਿਨ B ਦੀ ਕਮੀ ਨਾਲ ਵਿਟਾਮਿਨ B 5 ਦੀ ਕਮੀ ਨਾਲ ਹੋਣ ਵਾਲਾ ਰੋਗ ਹੈ ਇਸ ਨੂੰ ਯਾਦ ਰੱਖਣਾ ਹੈ ਕਿ ਵਿਟਾਮਿਨ B3 ਤੇ ਵਿਟਾਮਿਨ B5 ਦੀ ਕਮੀ ਨਾਲ ਰੋਗ ਜਿਹੜਾ ਹੁੰਦਾ ਉਸ ਨੂੰ ਅਸੀਂ ਕਹਿੰਦੇ ਹਾਂ ਪੈਲਾਗਰਾ ਪਹਿਲੀ ਗੱਲ ਦੂਜੀ ਗੱਲ ਉਹ ਉਹ ਇਲਾਕੇ ਜਿੱਥੇ ਮੁੱਖ ਭੋਜਨ ਮੱਕੀ ਹੈ ਉਹ ਲੋਕ ਜਿਹੜੇ ਆਪਣੇ ਭੋਜਨ ਵਿੱਚ ਜ਼ਿਆਦਾ ਮੱਕੀ ਨੂੰ ਵਰਤਦੇ ਨੇ ਉਹਨਾਂ ਨੂੰ ਪੈਲਾਗਰਾਹ ਹੋਣ ਦੇ ਚਾਂਸ ਸਭ ਤੋਂ ਜ਼ਿਆਦਾ ਨੇ ਕਿਉਂ ਕਿ ਕਿਉਂਕਿ ਮੱਕੀ ਇਹੋ ਜਿਹਾ ਭੋਜਨ ਹੈ ਜਿਸ ਵਿੱਚ ਵਿਟਾਮਿਨ B 3 ਤੇ B5 ਦੀ ਘਾਟ ਰਹਿੰਦੀ ਹੈ ਕਲੀ ਸਟੂਡੈਂਟ ਤੇ ਦੂਜੀ ਗੱਲ ਕਿ ਜਿਹੜਾ ਵਿਟਾਮਿਨ B5 ਹੈ ਇਸ ਦਾ ਜਿਹੜਾ ਰਸਾਇਣਕ ਨਾਮ ਹੈ ਉਹ ਹੈ ਸਟੂਡੈਂਟ ਨਿਆਸਿਨ ਨਿਆਸਿਨ ਕਲੀਅਰ ਸਟੂਡੈਂਟ ਇਸ ਨੂੰ ਨਿਕੋਟਿਨਿਕ ਵੀ ਕਿਹਾ ਜਾਂਦਾ ਹੈਗਾ ਇਸ ਨੂੰ ਤੁਸੀਂ ਯਾਦ ਰੱਖਣਾ ਤਾਂ ਸਟੂਡੈਂਟ ਜਿਹੜਾ ਹੁਣ ਤੁਹਾਨੂੰ ਐਕਸਪਲੇਨੇਸ਼ਨ ਫੁੱਲ ਮਿਲ ਚੁੱਕੀ ਹੈ ਇਸ ਦੀ ਤਾਂ ਕੁਐਸਚਨ ਹੈ 4D ਸਿੰਡਰੋਮ ਕਿਸ ਬਿਮਾਰੀ ਨੂੰ ਕਿਹਾ ਜਾਂਦਾ ਹੈਗਾ ਤਾਂ ਸਟੂਡੈਂਟ ਜੋ ਇਸ ਦਾ ਆਨਸਰ ਆਏਗਾ ਉਹ ਆਏਗਾ ਪੈਲਾਗਰਾ ਕਲੀਅਰ ਸਟੂਡੈਂਟ ਚਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ साढ़े क्वेश्चन है विटामिन सी घाट वाला रोग बहुत सिंपल विटामिनाट वाला रोग है बहुत तो चंकी तरह पता होगा ए की घाट अंदराता होंटामिन बी की घाट के विटामिन सी घाट के लिए स्टूडेंट नैक्सट क्वेश्चन है विटामिन बी फाइव की कमी होने वाला रोग स्टूडेंट सोने करके हटे हैं पहलाग्राफ ਸੋ ਪੈਲਾਗਰਾ ਜਿਹੜਾ ਰੋਗ ਹੈ ਇਹ ਵਿਟਾਮਿਨ ਸੀ ਦੀ ਕਮੀ ਨਾਲ ਵਿਟਾਮਿਨ ਬੀ 5 ਦੀ ਕਮੀ ਨਾਲ ਹੋਣ ਵਾਲਾ ਰੋਗ ਹੈ ਵਿਟਾਮਿਨ ਬੀ 5 ਦੀ ਕਮੀ ਨਾਲ ਹੋਣ ਵਾਲਾ ਰੋਗ ਕਿਹੜਾ ਹੈ ਪੈਲਾਗਰਾ ਹੁਣ ਇਸ ਦੀ ਆਪਾਂ ਗੱਲ ਕਰਕੇ ਹਟਿਆ ਸਟੂਡੈਂਟ ਸੋ ਸਟੂਡੈਂਟ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਐਮਸੀਕਿਊ ਚੰਗੇ ਲੱਗ ਰਹੇ ਨੇ ਤਾਂ ਪਲੀਜ਼ ਇਸ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਨਾਲ ਹੀ ਨਾਲ ਬੈਲ ਦਾ ਆਈਕਨ ਹੈ ਜਿਹੜਾ ਉਸ ਨੂੰ ਪ੍ਰੈਸ ਕਰੋ ਤਾਂ ਜੋ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਇਸ ਚੈਨਲ ਦੇ ਉੱਪਰ ਸਾਇੰਸ ਦੀਆਂ ਵੀਡੀਓਜ਼ ਜਿਹੜੀ ਕਿ ਇਲੈਕਟ੍ਰਿਸਿਟੀ ਹੈ ਰਿਫਲੈਕਸ਼ਨ ਰਿਫ੍ਰੈਕਸ਼ਨ ਹੈ ਓਮਜ਼ ਲਾ ਤੇ ਮੈਥ ਦੀ ਵੀਡੀਓ ਰਿਥਮੈਟਿਕ ਪ੍ਰੋਗਰੈਸ਼ਨ ਹੈ ਥੈਨ ਇਸ ਤੋਂ ਬਾਅਦ ਅਸੀਂ ਕਿਤਾਸੀ ਨੰਬਰ ਸਿਸਟਮ ਪੋਲੀਨੋਮੀਅਲ ਇਹ ਵੀਡੀਓਜ਼ ਅਪਲੋਡ ਕੀਤੀਆਂ ਜਾ ਚੁੱਕੀਆਂ ਨੇ ਤੁਸੀਂ ਇਹਨਾਂ ਨੂੰ ਪਲੇਲਿਸਟ 'ਚ ਜਾ ਕੇ ਜ਼ਰੂਰ ਦੇਖ ਸਕਦੇ ਹੋ ਸੋ ਗੱਲ ਕਰਦੇ ਆ 26 ਕੁਐਸਚਨ ਦੀ ਜਿਸ ਇਲਾਕੇ ਦੇ ਲੋਕਾਂ ਦਾ ਮੁੱਖ ਭੋਜਨ ਮੱਕੀ ਹੈ ਉੱਥੋਂ ਦੇ ਲੋਕਾਂ ਕਿਹੜੇ ਰੋਗ ਹੁੰਦਾ 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 ਰਹਿੰਦਾ ਹੈ ਤਾਂ ਆਪਾਂ ਗੱਲ ਕਰਕੇ ਹਟਿਆ ਸਟੂਡੈਂਟ ਪਹਿਲਾ ਪੈਰਾ ਸੋ ਪਹਿਲਾ ਪੈਰਾ ਰੋਗ ਬਾਰੇ ਤੁਹਾਨੂੰ ਫੁੱਲ ਇਨਫੋਰਮੇਸ਼ਨ ਮਿਲ ਚੁੱਕੀ ਹੈ ਕਿ ਵਿਟਾਮਿਨ B5 ਤੇ B3 ਦੀ ਕਮੀ ਦੇ ਨਾਲ ਇਹ ਰੋਗ ਹੁੰਦਾਗਾ ਤੇ ਜਿਹੜਾ ਦੇ ਭੋਜਨ ਮੁੱਖ ਤੌਰ ਤੇ ਮੱਕੀ ਹੈ उन्होंने ग्रह होने की संभावना ज्यादा रही है तो विटामिन बी फाइव न्यासिक या निकोटोनिक भी कहा जाता जो नैक्सट क्वेश्चन है विटामिन बी फाइव का रासायनिक नाम की है न्यासिन है जा फिर निकोटेनिक एसिड है स्टूडेंट इस रखना है नैक्सट स्टूडेंट ट्वेंटी एथ क्वेश्चन पी ई एम का पुराना स्टूडेंट बहुत ईजी ਪ੍ਰੋਟੀਨ એનર્ਜੀ ਮੈਲ ਨਿਊਟ੍ਰੀਸ਼ਨ ਇਸ ਨੂੰ ਯਾਦ ਰੱਖਣਾ ਪ੍ਰੋਟੀਨ એનર્ਜੀ ਮੈਲ ਨਿਊਟ੍ਰੀਸ਼ਨ ਇਸ ਨੂੰ ਤੁਸੀਂ ਯਾਦ ਰੱਖੋਗੇ 29th ਕੁਐਸਚਨ ਵਿਟਾਮਿਨ B12 ਦੀ ਘਾਟ ਨਾਲ ਕਿਹੜਾ ਰੋਗ ਹੋ ਜਾਂਦਾ ਹੈ ਸਟੂਡੈਂਟ ਵਿਟਾਮਿਨ B12 ਦੀ ਘਾਟ ਦੇ ਨਾਲ ਜਿਹੜਾ ਰੋਗ ਹੁੰਦਾ ਉਸ ਨੂੰ ਕਹਿੰਦੇ ਹਨ ਪ੍ਰਨਾਸੀ ਐਨੀਮੀਆ ਹੁਣ ਸਟੂਡੈਂਟ ਤੁਹਾਨੂੰ ਪ੍ਰਨਾਸੀ ਐਨੀਮੀਆ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਪ੍ਰਨਾਸੀ ਐਨੀਮੀਆ ਰੋਗ ਹੈ ਕਿ ਸਟੂਡੈਂਟ ਜਿਹੜਾ ਪ੍ਰਣਾਸੀ ਐਨੀਮੀਆ ਹੋਗਾ ਇਸ ਦੇ ਵਿੱਚ ਜਿਹੜੇ ਸਾਡੇ ਬੋਡੀ ਦੇ ਆਰਬੀਸੀ ਹੈ ਰੈੱਡ ਬਲੱਡ ਸੈੱਲ ਆ ਉਹ ਘਟ ਜਾਂਦੇ ਨੇ ਇਸ ਗੱਲ ਨੂੰ ਤੁਸੀਂ ਯਾਦ ਰੱਖਣਾ ਕਿ ਜਿਹੜੇ ਰੈੱਡ ਬਲੱਡ ਸੈੱਲ ਨੇ ਉਹ ਘਟ ਜਾਂਦੇ ਨੇ ਤੇ ਬੋਡੀ ਦੇ ਵਿੱਚ ਜਿਹੜਾ ਵਿਟਾਮਿਨ B12 ਹੈ ਉਸ ਨੂੰ ਐਬਜ਼ੌਰਬ ਕਰਨ ਦੀ ਜਿਹੜੀ ਸਮਰੱਥਾ ਉਹ ਸਟੂਡੈਂਟ ਘਟ ਜਾਂਦੀ ਹੈ ਕਲੀਅਰ ਸੋ ਇਸ ਨੂੰ ਅਸੀਂ ਪ੍ਰਣਾਸੀ ਐਨੀਮੀਆ ਕਿਆ ਜਾਂਦਾ ਸਟੂਡੈਂਟ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਪਲੀਜ਼ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ 30th ਕੁਐਸਚਨ ਹੈ ਕਿਹੜਾ ਮੱਛਰ ਮਨੁੱਖ ਦਾ ਖੂਨ ਚੂਸਦਾ ਹੈ ਤਾਂ ਸਟੂਡੈਂਟਸ ਨੇ ਇਸ ਦਾ ਆਨਸਰ ਆਏਗਾ ਮਾਦਾ ਐਨਫਲੀਜ਼ ਮੱਛਰ ਸਟੂਡੈਂਟ ਤੁਹਾਨੂੰ ਪਤਾ ਹੈ ਕਿ ਮਾਦਾ ਐਨਫਲੀਜ਼ ਮੱਛਰ ਦੇ ਕੱਟਣ ਦੇ ਨਾਲ ਮਲੇਰੀਆ ਨਾਂ ਦਾ ਰੋਗ ਹੁੰਦਾਗਾ ਤੇ ਜਿਹੜਾ ਨਰ ਐਨਫਲੀਜ਼ ਮੱਛਰ ਹੈ ਸਟੂਡੈਂਟ ਨਰ ਐਨਫਲੀਜ਼ ਮੱਛਰ ਹੈ ਇਹ ਪੌਦਿਆਂ ਦਾ ਰਸ ਪਿੰਦੇ ਨੇ ਤੇ ਸਟੂਡੈਂਟ ਜਿਹੜਾ ਜੂਨ ਦਾ ਮਹੀਨਾਗਾ ਹਰ ਸਾਲ ਜਿਹੜਾ ਜੂਨ ਦਾ ਮਹੀਨਾ ਹੈ ਉਹ ਮਲੇਰੀਆ ਵਿਰੋਧੀ ਮਹੀਨੇ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਸਟੂਡੈਂਟ ਜੇਕਰ ਵੀਡੀਓ ਚੰਗੀ ਲੱਗੀ ਪਲੀਜ਼ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਕੁਝ ਵੀਡੀਓਜ਼ ਪਲੀਜ਼ ਜੇਕਰ ਤੁਸੀਂ ਨਏ ਇਹ ਵੀਡੀਓਜ਼ ਨਹੀਂ ਦੇਖਿਆ ਤਾਂ ਇਹਨਾਂ ਵੀਡੀਓਜ਼ ਨੂੰ ਵੀ ਇੱਕ ਵਾਰ ਜ਼ਰੂਰ ਦੇਖੋ ਸਟੂਡੈਂਟ ਥੈਂਕ ਯੂ